ਸਬਸਕ੍ਰਾਈਬ ਕਰੋ ਖਤਰਾਂ LSI ਕੇ YouTube ਚੈਨਲ ਨੂੰ ਤੇ ਬੈਲ ਦਾ ਆਇਕਨ ਜ਼ਰੂਰ ਦਬੋ। ਹਾਂਜੀ, ਸਵਾਗਤ ਹੈ ਤੁਹਾਡਾ ਖਤਰਾ LSI ਕੇ YouTube ਚੈਨਲ ਤੇ। ਇਹ ਹੈ ਜੀ ਮੌਸਮ ਵਾਲੀ ਇੱਕ ਨਿੱਕੀ ਜੀ ਅਪਡੇਟ ਕਿ ਮੀਂਹ ਹੈ ਜਿਹੜਾ ਪੈ ਸਕਦਾ ਅਗਲੇ ਕੁਝ ਘੰਟਿਆਂ ਦੌਰਾਨ, ਜਿਹਦੇ ਵਿੱਚ ਹੁਸ਼ਿਆਰਪੁਰ, ਤਰਨ ਤਾਰਨ, ਅੰਮ੍ਰਿਤਸਰ, ਨਵਾਂਸ਼ਹਿਰ, ਜਲੰਧਰ, ਫਗਵਾੜਾ, ਕਪੂਰਥਲਾ, ਲੁਧਿਆਣਾ, ਮੋਹਾਲੀ ਅਤੇ ਖੰਨਾ, ਇੱਥੇ ਜੀ ਕੁਝ ਹਿੱਸਿਆਂ ਜਿਹੜਾ ਮੀਂਹ ਪੈ ਸਕਦਾ ਅਗਲੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਅਤੇ ਅੱਜ ਰਾਤ ਨੂੰ, ਅਤੇ ਬਾਕੀ ਜਿਵੇਂ ਕਿ ਬਠਿੰਡਾ, ਮਾਨਸਾ, ਸਰਸਾ, ਕਾਲਾਂਵਾਲੀ, ਡੱਬਵਾਲੀ, ਇੱਥੇ ਵੀ ਜਿਹੜੀ ਬਾਰਿਸ਼ ਹੈ ਹੋ ਸਕਦੀ ਹੈਗੀ ਅੱਜ ਰਾਤ ਤੱਕ। ਅਤੇ ਮਾਨਸਾ, ਬਠਿੰਡਾ ਇਸ ਟਾਈਮ ਵੀ ਪੂਰੀ ਬੱਦਲਬਾਈ ਜਿਹੜੀ ਬਣੀ ਹੋਈ ਹੈ, ਅਤੇ ਕੁਝ ਜਗ੍ਹਾ 'ਤੇ ਹਲਕੀ ਕਾਰਵਾਈ ਜਿਹੜੀ ਹੋ ਰਹੀ ਹੈ, ਮੀਂਹ ਪੈ ਰਿਹਾ ਹੈਗਾ ਮੋਟੀ ਕਣੀ ਦਾ, ਅਤੇ ਪਰ ਭਾਰੀ ਮੀਂਹ ਦੀ ਕੋਈ ਜ਼ਿਆਦਾ ਸੰਭਾਵਨਾ ਨਹੀਂ, ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਕਿਣਮਣਕਾਣੀ, ਜਿਵੇਂ ਕਿ ਆਪਾਂ ਦੱਸਦੇ ਹਾਂ ਪਹਿਲਾਂ ਵੀ ਵੀਡੀਓ 'ਚ। ਅਤੇ ਜੇਕਰ ਕੋਈ ਹੋਰ ਵੱਡੀ ਅਪਡੇਟ ਹੋਈ, ਜ਼ਿਆਦਾ ਭਾਰੀ ਮੀਂਹ ਦੀ ਕੋਈ ਵੀ ਸੰਭਾਵਨਾ ਹੋਈ ਕਿਸੇ ਵੀ ਜ਼ਿਲ੍ਹਿਆਂ 'ਚ, ਤਾਂ ਜ਼ਰੂਰ ਅਸੀਂ ਪਾਵਾਂਗੇ। ਅਤੇ ਬਾਕੀ ਆ ਜਿਹੜੇ ਤੁਹਾਨੂੰ ਜ਼ਿਲ੍ਹੇ ਅਸੀਂ ਦੱਸੇ ਆ, ਤੁਸੀਂ ਨੋਟ ਕਰ ਸਕਦੇ ਹੋ, ਇੱਥੇ ਇੱਥੇ ਬਾਰਿਸ਼ ਦੀ ਸੰਭਾਵਨਾ, ਬੱਦਲਬਾਈ ਜਿਹੜੀ ਬਣੀ ਹੋਈ ਹੈ, ਅਤੇ ਕੱਲ੍ਹ ਨੂੰ ਵੀ ਇੱਥੇ ਸੰਭਾਵਨਾ ਜਿਹੜੀ ਬਾਰਿਸ਼ ਦੀ ਹੈ, ਪਰ ਅੱਜ ਦਿਨ ਵੇਲੇ ਸ਼ਾਮ ਨੂੰ ਅਤੇ ਰਾਤ ਨੂੰ ਪੂਰੀ ਸੰਭਾਵਨਾ ਹੈ ਜੀ। ਵੀਡੀਓ ਚੰਗੀ ਲੱਗੀ ਨੂੰ ਲਾਈਕ ਜ਼ਰੂਰ ਕਰੋ, ਜਾਣਕਾਰੀ ਤੁਹਾਡਾ ਕਿਹੜਾ ਏਰੀਆ ਜੇਕਰ ਉੱਥੇ ਬਾਰਿਸ਼ ਹੋ ਰਹੀ ਹੈ ਤਾਂ ਕਮੈਂਟ ਜ਼ਰੂਰ ਤੁਸੀਂ ਕਰ ਸਕਦੇ ਹੋ। ਅਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।